ਇਹ ਕਦੀ ਸੋਚਿਆ ਕਿ ਹਾਂ ਮੈਂ ਇੱਦਾਂ ਦੀ ਫਿਲਮਾਂ ਵੀ ਕਰੂੰਗੀ ਐਂਡ ਇਸ ਫਿਲਮ 'ਚ ਅਗਰ ਮੇਰਾ ਇੱਦਾਂ ਦਾ ਰੋਲ ਹੁੰਦਾ ਤਾਂ ਵਾਈ ਨੋਟ? ਜਦ ਮੈਨੂੰ ਕਾਲ ਆਈ ਸੀਗੀ ਨਾ, ਮੈਂ ਸੋਚਿਆ ਨਹੀਂ ਕਿ ਮੇਰਾ ਕਿੰਨਾ ਰੋਲ ਹੋਏਗਾ, ਹੈ ਨਾ, ਮੈਂ ਕਿੰਨਾ ਦਿਖਾਂਗੀ ਜਾਂ ਕੀ ਮੇਰਾ ਹੈ। ਬਸ ਮੈਨੂੰ ਇਹ ਪਤਾ ਸੀਗਾ ਕਿ ਮੈਂ ਬੱਬੂ ਮਾਨ ਜੀ ਦੇ ਨਾਲ ਹਾਂ ਅਤੇ ਉਹਨਾਂ ਦੇ ਅਪੋਜ਼ਿਟ ਲਾਈਕ ਨਾਲ ਉਹਨਾਂ ਦਾ ਇੱਕ ਲਵ ਟਰੈਕ ਔਰ ਲਵ ਐਂਗਲ ਟਾਈਪ ਰਹੇਗਾ ਹੈ। ਅਤੇ ਮੈਂ ਕਹਿ ਰਹੀ ਕਿ ਚੱਲ ਯਾਰ, ਮੈਨੂੰ ਤਾਂ ਭਾਵੇਂ ਚਾਹੇ ਥੋੜ੍ਹਾ ਜਿਹਾ ਹੀ ਰੋਲ ਮਿਲ ਜਾਵੇ, ਬੱਬੂ ਮਾਨ ਜੀ ਦੇ ਨਾਲ ਹੈ ਨਾ, ਉਹ ਹੀ ਮੇਰੇ ਲਈ ਬਹੁਤ ਹੈ। ਔਰ ਡੈਫੀਨੇਟਲੀ ਦਿਸ ਇਜ਼ ਅ ਟਰੂ ਕਿ ਹਰ ਕੁੜੀ ਚਾਹੁੰਦੀ ਕਿ ਮੈਨੂੰ ਇੱਦਾਂ ਦਾ ਰੋਲ ਮਿਲੇ ਜਿੱਥੇ ਮੈਂ ਦਿਖਾਂ, ਹੈ ਨਾ। ਅਤੇ ਅਗਰ ਮੰਨ ਲਓ ਉਹਨੇ ਹਾਂ ਕਰਤੀ ਔਰ ਉਹਨੂੰ ਦਿਖ ਹੀ ਨਹੀਂ ਰਹੀ ਹੈ, ਕੋਈ ਛੋਟਾ ਮੋਟਾ ਰੋਲ ਮਿਲ ਗਿਆ, ਅਤੇ ਇਹ ਚੀਜ਼ ਨਾ ਸਾਡੀ ਪ੍ਰੋਫਾਈਲ ਨੂੰ ਡਾਊਨ ਕਰਦੀਆਂ ਨੇ ਕਿ ਹਾਂ ਬਈ ਤੁਸੀਂ ਕੀ। ਬਟ ਇੱਕ ਆਰਟਿਸਟ ਹਰ ਕਰੈਕਟਰ ਦੇ ਲਈ ਨਾ ਰੇਡੀ ਰਹਿਣਾ ਚਾਹੀਦਾ। ਕੋਈ ਰੋਲ ਛੋਟਾ ਵੱਡਾ ਨਹੀਂ ਹੁੰਦਾ ਹੈ। ਅਗਰ ਤੁਸੀਂ ਉਹ ਕਰੈਕਟਰ ਨੂੰ ਬਹੁਤ ਅੱਛੇ ਤਰੀਕੇ ਨਾਲ ਡਿਫਾਈਨ ਕਰ ਰਹੇ ਹੋ, ਉਹ ਕਰੈਕਟਰ ਨੂੰ ਬਹੁਤ ਅੱਛੇ ਤਰੀਕੇ ਨਾਲ ਕਰ ਰਹੇ ਹੋ, ਹੈ ਨਾ, ਪਬਲਿਕ ਨੂੰ ਪਸੰਦ ਆ ਗਏ, ਅਤੇ ਜਿਹੜਾ ਤੁਹਾਡਾ ਛੋਟਾ ਕਰੈਕਟਰ ਹੈ ਨਾ, ਉਹ ਇੱਕ ਦਿਨ ਲਿਜਾ ਕੇ ਵੱਡਾ ਵੀ ਬਣ ਜਾਂਦਾ ਹੈ, ਕਿਉਂਕਿ ਲੋਕਾਂ ਦੇ ਦਿਲ 'ਚ ਤੁਸੀਂ ਆਪਣੀ ਜਗ੍ਹਾ ਬਣਾਉਣੀ ਹੈ, ਹੈ ਨਾ। ਉਹ ਤੁਸੀਂ ਕਿਵੇਂ ਬਣਾਉਣੀ ਹੈ ਉਹ ਤੁਹਾਡੇ ਉੱਤੇ ਹੈ। ਜ਼ਰੂਰੀ ਨਹੀਂ ਹੈ ਕਿ ਕੋਈ ਇੱਕ ਵੱਡਾ ਐਕਟਰ ਹੈ ਉਹਦੇ ਨਾਲ ਮੈਂ ਮੂਵੀ ਕਰ ਰਹੀ ਹਾਂ ਔਰ ਮੇਰਾ ਕਰੈਕਟਰ ਛੋਟਾ ਹੈ ਜਾਂ ਪਾਰਟ ਛੋਟਾ ਹੈ, ਪਰ ਮੈਂ ਉਹ ਛੋਟੇ ਪਾਰਟ ਨੂੰ ਨਾ ਬਹੁਤ ਦਿਲ ਨਾਲ ਕਰਾਂ, ਇੱਦਾਂ ਕਰਾਂ ਕਿ ਲੋਕਾਂ ਦੀ ਨਜ਼ਰਾਂ 'ਚ ਮੈਂ ਜਾਵਾਂ ਕਿ ਬਈ ਉਹ ਛੋਟਾ ਜਿਹਾ ਰੋਲ ਸੀਗਾ ਬਟ ਇੰਨਾ ਅੱਛਾ ਕਰਕੇ ਗਈ ਕਿ ਕੌਣ ਸੀਗਾ। ਬਿਲਕੁਲ ਬਿਲਕੁਲ, ਹੈ ਨਾ। ਅਤੇ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਨਹੀਂ ਯਾਰ ਇਹ ਮੂਵੀ 'ਚ ਨਾ ਮੇਰਾ ਛੋਟਾ ਹੀ ਰੋਲ ਹੈ, ਮੈਂ ਨਹੀਂ ਕਰ ਰਹੀ। ਤੁਹਾਨੂੰ ਕੁਛ ਨਹੀਂ ਪਤਾ, ਕੀ ਪਤਾ ਉਹ ਛੋਟਾ ਰੋਲ ਹੀ ਲੋਕਾਂ ਦੇ ਦਿਲ 'ਚ ਇੰਨੀ ਜਗ੍ਹਾ ਬਣਾ ਜਾਏ ਕਿ ਕੱਲ੍ਹ ਨੂੰ ਤੁਹਾਨੂੰ ਵੱਡਾ ਰੋਲ ਮਿਲ ਜਾਵੇ। ਅਤੇ ਮੇਰਾ ਕਹਿਣਾ ਤਾਂ ਇਹ ਕਿ ਕਦੇ ਵੀ ਠੀਕ ਹੈ, ਸਟੋਰੀ ਲਾਈਨ ਬਹੁਤ ਜ਼ਰੂਰੀ ਹੈ ਸਾਡੇ ਲਈ, ਬੈਸਟ ਆਰਟਿਸਟ ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੀ ਇੰਡਸਟਰੀ 'ਚ ਨਾ ਅੱਜ ਕੱਲ੍ਹ ਜਜਮੈਂਟਲ ਬਹੁਤ ਹੋ ਗਏ ਨੇ। ਅੱਜ ਕੱਲ੍ਹ ਤੁਹਾਡੇ ਲਾਈਕ ਐਕਟਿੰਗ ਤੁਹਾਡਾ ਇਹ ਚੀਜ਼ਾਂ ਘੱਟ ਦੇਖਦੇ ਨੇ, ਇਹ ਦੇਖਦੇ ਨੇ ਤੁਸੀਂ ਤੁਹਾਡੀ ਪ੍ਰੋਫਾਈਲ ਕਿੰਨੀ ਸਟਰੋਂਗ ਹੈ, ਹੈ ਨਾ, ਅਤੇ ਤੁਸੀਂ ਕਿਹਦੇ ਨਾਲ ਕੰਮ ਕੀਤਾ ਹੋਇਆ, ਕਿਹਦੇ ਅਪੋਜ਼ਿਟ ਕੀਤਾ ਹੋ, ਇਹ ਇੱਦਾਂ ਬਣ ਗਿਆ। ਇੰਨੇ ਫੋਲੋਅਰਸ ਥਰੂ ਇੱਕ ਤਾਂ ਇਹ ਚੀਜ਼ ਮੈਨੂੰ ਸੀਰੀਅਸਲੀ ਹਾਲੇ ਤੱਕ ਨਹੀਂ ਸਮਝ ਆਈ ਕਿ ਇਹ ਕੀ ਚੀਜ਼ ਹੈ ਕਿ ਬਈ ਤੁਹਾਡੇ ਫੋਲੋਵਰਸ ਕਿੰਨੇ ਨੇ। ਤੁਸੀਂ ਇਹ ਦੇਖੋ ਨਾ ਕਿ ਬੰਦੇ ਨੇ ਕੰਮ ਕੀ ਕੀਤਾ ਹੋਇਆ, ਹੈ ਨਾ, ਉਹਦੇ ਅੰਦਰ ਟੈਲੈਂਟ ਕੀ ਹੈ। ਨਹੀਂ ਜੀ, ਫੋਲੋਵਰਸ ਚਾਹੀਦੇ ਨੇ, ਭਾਵੇਂ ਉਹ ਬੰਦੇ 'ਚ ਕੋਈ ਟੈਲੈਂਟ ਨਹੀਂ, ਬਸ ਇਹ ਹੈ ਕਿ ਮੈਂ ਸੂਟ ਪਾ ਲਿਆ, ਘੁੰਮ ਗਈ ਅਤੇ ਮੇਰਾ ਆ ਕੇ 50,000 ਲਾਈਕ ਆ ਗਏ, ਹੈ ਨਾ। ਐਨੀਵੇਜ਼ ਉਹ ਲੋਕਾਂ ਦੀ ਮੈਂਟੈਲਿਟੀ, ਉਹਨਾਂ ਨੂੰ ਵੀ ਮੈਂ ਕੁਛ ਨਹੀਂ ਕਹੂੰਗੀ ਬਿਕੋਜ਼ ਆਫ ਸੋਸ਼ਲ ਲਾਈਫ ਇੰਨੀ ਅਪ ਹੋ ਚੁੱਕੀ ਹੈ ਨਾ। ਅਤੇ ਇਹ ਹੀ ਕਹਾਂਗੀ ਬਈ ਟੈਲੈਂਟ ਦੀ ਕਦਰ ਕਰੋ ਅਤੇ ਟੈਲੈਂਟ ਨੂੰ ਹੀ ਦੇਖੋ, ਬਾਕੀ ਤਾਂ ਇਹ ਫੋਲੋਵਰਸ ਦੇ ਪਿੱਛੇ ਨਾ ਵੱਜੋ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।